ਕਿਸਾਨੀ ਅੰਦੋਲਨ ਦੇ ਵਿੱਚ ਇੱਕ ਹੋਰ ਲੰਬੀ ਲਾਈਨ ਸਾਨੂੰ ਦੇਖਣ ਨੂੰ ਮਿਲੀ ਆ ਤੇ ਆਪਾਂ ਪਤਾ ਕਰਦੇ ਆ ਵੀ ਇਹ ਜਿਹੜੀ ਲਾਈਨ ਹੈ ਕਿਸ ਮਸਲੇ ਲਈ ਲੱਗੀ ਹੋਈ ਹੈ। ਤੁਸੀਂ ਦੇਖ ਸਕਦੇ ਹੋ ਇਹ ਮੇਰੇ ਖਿਆਲ 'ਚ ਘੱਟੋ ਘੱਟ ਬਹੁਤਾ ਨਹੀਂ 1 ਕਿਲੋਮੀਟਰ ਲੰਬੀ ਲਾਈਨ ਜਿਹੜੀ ਬੱਚਿਆਂ ਦੀ ਵਿੱਚੇ ਸਿਆਣਿਆਂ ਦੀ ਸਾਰਿਆਂ ਦੀ ਲੱਗੀ ਹੋਈ ਆ। ਆਪਾਂ ਤੁਹਾਨੂੰ ਦਿਖਾਉਂਦੇ ਵੀ ਇਹ ਲਾਈਨ ਕਿਹੜੇ ਮਸਲੇ 'ਚ ਲੱਗੀ ਹੋਈ ਆ। ਮੈਂ ਬੇਨਤੀ ਕਰੂੰਗਾ ਕੈਮਰਾਮੈਨ ਨੂੰ ਵੀ ਥੋੜ੍ਹਾ ਜਿਹਾ ਲੰਬਾ ਹੋ ਕੇ ਥੋੜ੍ਹੀ ਸਪੀਡ ਨਾਲ ਸਾਨੂੰ ਦਿਖਾਇਆ ਜਾਵੇ ਵੀ ਇਹ ਜਿਹੜੇ ਜੂਸ ਦੇ ਬੱਚੇ ਜਿਹੜੇ ਖੜੀ ਆ ਲਾਈਨ ਕਿਸ ਮਸਲੇ ਦੇ ਵਿੱਚ ਲੱਗੀ ਹੋਈ ਆ। ਅਤੇ ਸੰਜੀਵ ਜੀ ਨੂੰ ਬੇਨਤੀ ਆ ਵੀ ਸਾਰਿਆਂ ਨੂੰ ਇੱਕ ਵਾਰ ਦਿਖਾ ਦੇਣ ਲਗਾਤਾਰ, ਅਤੇ ਆਪਾਂ ਜਿਹੜਾ ਹੈਗਾ ਇਹ ਲਾਈਨ ਦਾ ਜਿਹੜਾ ਤੁਹਾਨੂੰ ਮਤਲਬ ਉਹ ਦੱਸ ਰਹੇ ਹਾਂ ਵੀ ਇਹ ਲਾਈਨ ਆ ਜਿਹੜੀ ਹੁਣੇ। ਸੰਜੀਵ ਜੀ ਮਾੜਾ ਜਿਹਾ ਮਾਰਿਓ ਕੈਮਰਾ ਇੱਧਰ, ਬੈਨਰ 'ਤੇ ਕੈਮਰਾ ਮਾਰਿਓ ਅਤੇ ਆਪਾਂ ਦੇਖੀਏ ਵੀ ਇਹ ਜਿਹੜਾ ਲੰਗਰ ਆ ਓਹੋ ਇਹਦੇ ਪੀਜੇ ਦੇ ਲੰਗਰ ਕਰਕੇ ਐਡੀ ਲੰਬੀ ਲਾਈਨ ਜਿਹੜੀ ਤੁਹਾਨੂੰ ਦੇਖਣ ਨੂੰ ਮਿਲੀ ਆ। ਤੁਸੀਂ ਦੇਖ ਸਕਦੇ ਹੋ ਇੱਥੇ ਪੀਜੇ ਦਾ ਲੰਗਰ ਚੱਲ ਰਿਹਾ, ਅਤੇ ਜੋ ਕਿ ਕਈ ਦਿਨਾਂ ਤੋਂ ਚੱਲ ਰਿਹਾ ਇਹ ਲੰਗਰ ਪੀਜੇ ਦਾ। ਸੰਗਤਾਂ ਵੱਲੋਂ ਹੁਸ਼ਿਆਰਪੁਰ ਕਨੀ ਤੋਂ ਜਿਹੜੀ ਇਹ ਸੇਵਾ ਕੀਤੀ ਜਾ ਰਹੀ ਆ ਗੁਰੂ ਦੇ ਲੰਗਰਾਂ ਦੀ, ਕਿਉਂਕਿ ਸਿੱਖ ਕੌਮ ਨੂੰ ਇੱਕ ਬੜੀ ਕਿਰਪਾ ਹੈ ਮਹਾਰਾਜ ਜੀ ਕਨੀ ਤੋਂ ਵੀ ਵੱਖ ਵੱਖ ਲੰਗਰ ਇਸ ਕਿਸਾਨੀ ਅੰਦੋਲਨ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਰਹੇ ਨੇ, ਜਿੱਥੇ ਟਿੱਕੀਆਂ ਦੇ ਲੰਗਰ, ਗੋਲ ਗੱਪਿਆਂ ਦੇ ਲੰਗਰ ਅਤੇ ਗੁਲਾਬ ਜੰਮਣਾਂ ਦੇ ਲੰਗਰ, ਬਰਫੀ ਦੇ ਲੰਗਰ, ਉੱਥੇ ਅੱਜ ਪੀਜੇ ਦਾ ਲੰਗਰ ਵੀ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਅਸੀਂ ਪਹਿਲਾਂ ਵੀ ਤੁਹਾਨੂੰ ਦਿਖਾਇਆ ਵੀ ਹੁਸ਼ਿਆਰਪੁਰ ਕਨੀ ਤੋਂ ਇਹ ਪੀਜੇ ਦਾ ਲੰਗਰ ਜਿਹੜਾ ਚੱਲ ਰਿਹਾ, ਅਤੇ ਸੰਗਤਾਂ ਦੀ ਲਾਈਨ ਆ ਜਿਹੜੀ ਪੂਰੀ 1 ਕਿਲੋਮੀਟਰ ਲੰਬੀ ਲੱਗ ਚੁੱਕੀ ਹੈ। ਪਿੱਛੇ ਨੂੰ ਤੁਹਾਨੂੰ ਜਿਹੜੀ ਕੈਮਰੇ 'ਚ ਅਸੀਂ ਦਿਖਾਈ ਹੈ ਸਾਰੀ, ਅਤੇ ਤੁਸੀਂ ਦੇਖ ਸਕਦੇ ਹੋ ਪੀਜੇ ਦਾ ਲੰਗਰ ਸੰਗਤਾਂ ਲਈ ਬਿਲਕੁਲ ਤਿਆਰ ਹੋ ਕੇ ਨਾਲ ਦੀ ਨਾਲ ਦਿਆ ਜਾ ਰਿਹਾ, ਅਤੇ ਪਿੱਛੇ ਜਿੱਥੇ ਪੀਜਾ ਤਿਆਰ ਹੋ ਰਿਹਾ ਤੁਹਾਨੂੰ ਅਸੀਂ ਛੋਟੇ ਜਿਹੇ ਗ੍ਰਿਪ ਜਿਹੜੇ ਉਹਦੇ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਵੀ ਨਾਲ ਠੰਡੇ ਦਾ ਵੀ ਜਿਹੜਾ ਅਰੇਂਜਮੈਂਟ ਕੀਤਾ ਗਿਆ ਸੰਗਤਾਂ ਵੱਲੋਂ, ਅਤੇ ਅੰਦਰ ਟੈਂਟ ਦੇ ਵਿੱਚ ਜਿਹੜਾ ਪੀਜਾ ਤਿਆਰ ਕੀਤਾ ਜਾ ਰਿਹਾ। ਮੈਂ ਬੇਨਤੀ ਕਰੂੰਗਾ ਸੰਜੀਵ ਜੀ ਨੂੰ ਵੀ ਨਾਲ ਦੀ ਨਾਲ ਪੀਜਾ ਤਿਆਰ ਹੋ ਰਿਹਾ ਅਤੇ ਮਸ਼ੀਨਰੀ ਲੱਗੀ ਹੋਈ ਆ, ਅਤੇ ਬਿਲਕੁਲ ਹੀ ਪੂਰੀ ਮਸ਼ੀਨਰੀ ਜਿਹੜੀ ਇਸ ਟੈਂਟ ਦੇ ਵਿੱਚ ਲਿਆ ਕੇ ਉਹਨਾਂ ਨੇ ਰੱਖ ਲਿੱਤੀ ਆਪਣੀ, ਅਤੇ ਨਾਲ ਦੀ ਨਾਲ ਦਲਬੀਰ ਜੀ ਸਾਰਾ ਪੀਜ਼ਾ ਜਿਹੜਾ ਤਿਆਰ ਕੀਤਾ ਜਾ ਰਿਹਾ। ਅਤੇ ਜਿਹੜੇ ਮੇਨ ਓਨਰ ਨੇ ਇਸ ਲੰਗਰ ਦੇ ਵਿੱਚ ਜਿਹੜੇ ਸੇਵਾ ਨਿਭਾ ਰਹੇ ਨੇ, ਆਪਾਂ ਉਹਨਾਂ ਨਾਲ ਗੱਲ ਕਰਾਂਗੇ ਅਤੇ ਵੀ ਇਹ ਜਿਹੜੀ ਸੇਵਾ ਕਿੰਨੇ ਦਿਨਾਂ ਤੋਂ ਚੱਲ ਰਹੀ ਹੈ ਲਗਾਤਾਰ। ਬਾਬਾ ਜੀ ਕੀ ਨਾਂ ਹੈ ਤੁਹਾਡਾ ਜੀ? ਮੇਰਾ ਨਾਂ ਗੁਰਲਿਆਕਤ ਸਿੰਘ ਬਰਾੜ ਜੀ। ਕਿਹੜੀ ਜਗ੍ਹਾ ਤੋਂ ਆਏ ਹੋ? ਹੁਸ਼ਿਆਰਪੁਰ ਤੋਂ ਜੀ। ਅਤੇ ਇਹ ਪੀਜੇ ਦਾ ਜਿਹੜਾ ਲੰਗਰ ਆ ਕਿੰਨੇ ਦਿਨਾਂ ਤੋਂ ਚੱਲ ਰਿਹਾ? ਇਹ 2 ਹਫ਼ਤੇ ਤੋਂ ਉੱਪਰ ਹੋ ਗਿਆ ਜੀ। 2 ਹਫ਼ਤੇ ਤੋਂ ਉੱਪਰ ਹੋ ਗਿਆ? ਹਾਂਜੀ। ਅਸੀਂ ਦੇਖੀਏ ਲਾਈਨ ਬਹੁਤ ਲੰਬੀ ਹੈ, 1 ਕਿਲੋਮੀਟਰ ਲੰਬੀ ਲਾਈਨ ਲੱਗੀ ਹੋਈ ਹੈ, ਅਤੇ ਜਾਮ ਪੂਰਾ ਕਹਿੰਦਾ ਲੋਕੀ ਆ ਜਿਹੜੇ ਵੇਟ ਕਰਦੇ ਪਏ ਆ ਇਸ ਲੰਗਰ ਦੀ। ਹਾਂਜੀ ਹਾਂਜੀ। ਕਿਉਂਕਿ ਜਿੱਥੇ ਇਸ ਕਿਸਾਨੀ ਅੰਦੋਲਨ ਦੇ ਵਿੱਚ ਵੱਖ ਵੱਖ ਲੰਗਰ ਦੇਖਣ ਨੂੰ ਮਿਲੇ ਆ, ਹਾਂਜੀ, ਅਤੇ ਪੀਜੇ ਦਾ ਲੰਗਰ ਲਾ ਕੇ ਤੁਸੀਂ ਬੜੀ ਕਮਾਲ ਕੀਤੀ ਹੈ, ਅਤੇ ਇਹਦਾ ਖਰਚਾ ਬੜਾ ਆਉਂਦਾ। ਦੇਖੋ ਜੀ, ਇਹ ਜਿਹੜੀ ਲੰਗਰ ਦੀ ਸੇਵਾ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਕਿਰਪਾ ਦੇ ਨਾਲ ਚੱਲ ਰਹੀ ਆ, ਅਤੇ ਸਾਡੀ ਜਿਹੜੀ ਸੰਸਥਾ ਹੈ ਹੁਸ਼ਿਆਰਪੁਰ ਤੋਂ ਧੰਨ ਗੁਰੂ ਰਾਮਦਾਸ ਲੰਗਰ ਸੇਵਾ ਪੌੜੀ ਦਾ ਹੁਸ਼ਿਆਰਪੁਰ, ਜੋ ਕਿ ਉਹ NRI ਵੀਰ ਚਲਾ ਰਹੇ ਨੇ, ਅਤੇ ਜਿਹੜੀ ਕਿ ਪੰਜਾਬ ਦੇ ਵੱਖ ਵੱਖ ਸਿਵਲ ਹੋਸਪਿਟਲਾਂ 'ਤੇ ਲੰਗਰ ਵੀ ਦਿੰਦੀ ਆ 2 ਸਾਲ ਤੋਂ 3 ਟਾਈਮ ਦਾ, ਅਤੇ ਕਰੋਨਾ ਦੇ ਵਿੱਚ ਵੀ 2 ਲੱਖ ਬੰਦੇ ਦਾ ਦਿਹਾੜੀ ਦਾ ਖਾਣਾ ਦਿੱਤਾ ਸੀਗਾ, ਅਤੇ ਉਹ ਸੰਸਥਾ ਵੱਲੋਂ ਇਹ ਜਿਹੜੀ ਸੇਵਾ ਚੱਲ ਰਹੀ ਧੰਨ ਗੁਰੂ ਰਾਮਦਾਸ ਮਹਾਰਾਜ ਵੱਲੋਂ ਚੱਲ ਰਹੀ ਹੈ ਜੀ। ਹਾਂਜੀ। ਇਹ ਕਹਿੰਦਾ ਵੀ ਤੁਸੀਂ ਲੰਗਰ ਆ ਜਿਹੜੇ ਇੱਦਾਂ ਦੇ ਸਮਾਗਮਾਂ 'ਤੇ ਲੈ ਕੇ ਜਾਂਦੇ, ਤਾਂ ਹੋਰ ਵੀ ਤੋਂ ਇਲਾਵਾ ਸਮਾਗਮ? ਵੈਸੇ ਸਾਡਾ ਉੱਥੇ ਵੱਖਰਾ ਲੰਗਰ ਚੱਲਦਾ ਹਰ ਐਤਵਾਰ ਨੂੰ ਹੁਸ਼ਿਆਰਪੁਰ, ਪੱਕਾ ਲੰਗਰ। ਸਾਡੀ ਵੱਡੀ ਮਸ਼ੀਨ ਲਾਈ ਵੀ ਆ ਜਿਹੜੀ ਕਿ 15 ਲੱਖ ਦੀ ਆਈ ਸੀਗੀ, ਉਹ ਆਪਣੇ ਪੰਜਾਬ ਹਰਿਆਣੇ 'ਚ ਕਿਸੇ ਕੋਲ ਨਹੀਂ ਹੋਣੀ ਗੀ, ਬਾਹਰੋਂ ਮੰਗਾ ਕੇ ਲਾਈ ਆ ਉਹ। ਪੀਜੇ ਤਿਆਰ ਕਰਦੀ? ਪੀਜੇ ਚੱਲਦੇ ਆ ਜੀ ਸਾਡੇ ਹਰ ਸੰਡੇ ਨੂੰ। ਕੀ ਬਾਤ! ਹਾਂਜੀ ਹਾਂਜੀ।